ਉਸਾ ਹੀਦਾਏ ਜੋ ਕੁਝ ਆਸਮਾਨਾ ਵਿੱਚ ਤੇ ਜੋ ਜ਼ਮੀਨ ਵਿੱਚ ਤੇ ਜੋ ਵਿਚਾਰੇ ਦੋਵਾਂ ਦੇ ਤੇ ਜੋ ਹੇਠ ਹੈ ਸਾਰੀ ਜ਼ਮੀਨ ਦੇ ਤੇ ਜੇ ਉੱਚੀ ਅੱਖੇ ਤੂੰ ਗੱਲ ਤਾਂ ਜ਼ਰੂਰ ਹੋ ਜਾਣਦਾ ਹੈ ਹੌਲੀ ਗੱਲ ਨੂੰ ਵੀ ਤੇ ਬਹੁਤ ਛੁਪੀ ਹੋਈ ਨੂੰ ਵੀ ਅੱਲਾ ਹੈ ਉਸ ਬਿਨ ਕੋਈ ਪੂਜਾ ਦੇ ਲਾਇਕ ਨਹੀਂ ਉਸ ਦੇ ਨਾਮ ਨੇ ਸੋਹਣੇ ਤੇ ਭਲਾ ਪਹੁੰਚੀ ਤੈਨੂੰ ਗੱਲ موسی ਦੀ ਜਦ ਦੇ ਵੇਖਿਓ ਸੁ ਅੱਗ ਫਿਰ ਆਕੀਉ ਉਸ ਆਪਰੇ ਕਰਦਿਆਂ ਨੂੰ ਠਹਿਰੋ ਮੈਂ ਜ਼ਰੂਰ ਵੇਖੀ ਇਹ ਅੱਗ ਸ਼ਾਇਦ ਮੈਂ ਲੈ ਆਵਾਂ ਤੁਸਾਂ ਕੋਲ ਉਸ ਤੋਂ ਬਲਦਾ ਚੋਕ ਜਾਂ ਮਿਲਾਂ ਮੈਂ ਅੱਗ ਕੋਲ ਕਿਸੇ ਰਾਜ ਦੱਸਣ ਵਾਲੇ ਨੂੰ ਫਿਰ ਜਦ ਆਇਆ ਉਸ ਅੱਗ ਕੋਲ ਆਵਾਜ਼ ਆਈ ਉਸ ਉਹ موسی ਜ਼ਰੂਰ ਨੈ ਹੀ ਰੱਬ ਤੇਰਾ ਸੋ ਲਾ ਛੱਡ ਜੁੱਤੀਆਂ ਆਪਣੀਆਂ ਜ਼ਰੂਰ ਤੂੰ ਇਹ ਪਾਕ ਮੈਦਾਨ ਤਵਾ ਵਿੱਚ ਤੇ ਮੈਂ ਚੁਣ ਲਿਆ ਤੈਨੂੰ ਸੋ ਸੁਣ ਲੈ ਜੋ ਹੁਕਮ ਹੁੰਦਾ ਹੈ ਜ਼ਰੂਰ ਮੈਂ ਹੀ ਆਂ ਅੱਲਾ ਕੋਈ ਪੂਜਾ ਦੇ ਲਾਇਕ ਨਹੀਂ ਪਰ ਮੈਂ ਸੋ ਪੂਜ ਮੈਨੂੰ ਤੇ ਦਰੁਸਤ ਪਰ ਨਮਾਜ਼ ਮੈਨੂੰ ਯਾਦ ਕਰਨ ਲਈ ਕਿੰਮ ਜ਼ਰੂਰ ਆਉਣੀ ਹੈ ਮੈਂ ਚਾਹਨਾ ਜੋ ਵਕਤ ਉਹਦਾ ਛੁਪਾ ਰੱਖਾਂ ਤਾਂ ਬਦਲਾ ਪਾਏ ਹਰ ਜੀ ਉਸ ਦਾ ਜੋ ਕਮਾਂਦਾ ਸੋ ਨਾ ਰੋਕ ਦੇ ਤੈਨੂੰ ਉਸ ਕੜੀ ਦੇ ਮੰਨੇ ਤੋਂ ਜਿਹੜਾ ਨਹੀਂ ਮੰਨਦਾ ਉਸ ਨੂੰ ਤੇ ਮਗਰ ਪਿਆ ਆਪਣੀ ਚਾਹ ਦੇ ਵਰਨਾ ਬਰਬਾਦ ਹੋ ਜਾਏਗਾ ਤੇ ਇਹ ਕੀ ਹੈ ਤੇਰੇ ਸੱਜੇ ਹੱਥ ਵਿੱਚ ਹੈ موسی ਆਖਿਓ ਸੁਏ ਮੇਰਾ ਸੋਟਾ ਹੈ ਟੋਲਾ ਨਾ ਇਸ ਉਤੇ ਤੇ ਪੱਤਰ ਝਾੜਨਾ ਇਸ ਨਾਲ ਆਪਣੀਆਂ ਬੱਕਰੀਆਂ ਲਈ ਤੇ ਮੇਰੀਆਂ ਇਸ ਵਿੱਚ ਲੋਣਾ ਨੇ ਹੋਰ ਵੀ ਫਰਮਾਇਆ ਸੁਢ ਦੇ ਇਸ ਨੂੰ ਐ موسی ਫਿਰ ਸੁਢ ਦਿੱਤੋ ਸੁਆ ਨੂੰ ਫਿਰ ਤਦੋਂ ਹੀ ਉਹ ਸੱਪ ਸੀ ਦੌੜਦਾ ਫਰਮਾਇਆ ਫੜ ਲੈ ਇਸ ਨੂੰ ਤੇ ਨਾ ਡਰ ਹੋਰੇ ਮੋੜ ਕੇ ਕਰ ਦੇਵਾਂਗੇ ਅਸੀਂ ਇਸ ਨੂੰ ਇਹਦੀ ਪਹਿਲੀ ਸ਼ਕਲ ਵਿੱਚ ਤੇ ਲਗਾ ਹੱਥ ਆਪਣਾ ਆਪਣੀ ਕਛਵਲ ਜਰਾ ਨਿਕਲੇਗਾ ਬਗੈਰ ਕਿਸੇ ਐਬ ਦੇ ਚਮਕਦਾ ਹੋਇਆ ਇਹ ਹੋਰ ਨਿਸ਼ਾਨੀ ਤਾਂ ਵਿਖਾਈ ਅਸੀਂ ਤੈਨੂੰ ਨਿਸ਼ਾਨੀਆਂ ਆਪਣੀਆਂ ਬੜੀਆਂ ਵਿੱਚੋਂ ਜਾਂ ਫਿਰ ਆਉਣ ਵੱਲ ਉਹ ਜ਼ਰੂਰ ਅੱਧੋਂ ਟੱਪ ਗਿਆ ਹੈ ਆਖਿਓ ਸੁ ਮੇਰੇ ਰੱਬਾ ਖੁੱਲਾ ਕਰ ਮੇਰੇ ਲਈ ਸੀਨਾ ਮੇਰਾ ਤੇ ਸੁਕੱਲਾ ਕਰ ਮੇਰੇ ਲਈ ਕੰਮ ਮੇਰਾ ਤੇ ਖੋਲ ਦੇ ਗੰਡ ਮੇਰੀ ਜ਼ੁਬਾਨ ਤੋਂ ਤਾਂ ਸਮਝ ਲੈਣ ਗੱਲ ਮੇਰੀ ਕਿ ਬਣਾ ਦੇ ਮੈਨੂੰ ਇੱਕ ਵਜ਼ੀਰ ਮੇਰੇ ਘਰ ਦਾ ਹਰੂਨ ਮੇਰਾ ਭਰਾ ਮਜ਼ਬੂਤ ਕਰ ਉਸ ਨਾਲ ਕਮਰ ਮੇਰੀ ਤੇ ਸਾਂਝਾ ਕਰ ਉਹਦਾ ਮੇਰੇ ਕੰਮ ਵਿੱਚ ਤਾਂ ਅਸੀਂ ਤਸਬੀਹਾਂ ਪੜ੍ਹੀਏ ਤੇਰੀਆਂ ਬਹੁਤ ਤੇ ਯਾਦ ਕਰੀਏ ਅਸੀਂ ਤੈਨੂੰ ਬਹੁਤ ਤੂੰ ਜ਼ਰੂਰ ਹੈ ਸਾਨੂੰ ਵੇਖਦਾ فرمایا ਦੇ ਦਿੱਤਾ ਗਿਆ ਤੈਨੂੰ ਸਵਾਲ ਤੇਰਾ ਹੈ موسی ਤੇ ਜ਼ਰੂਰ ਇਹਸਾਨ ਕੀਤਾ ਅਸਾਂ ਤੇਰੇ ਉੱਤੇ ਇੱਕ ਵਾਰੀ ਹੋਰ ਜਦ ਹੁਕਮ ਭੇਜਿਆ ਅਸਾਂ ਤੇਰੀ ਮਾਂ ਵੱਲ ਜੋ ਭੇਜੀਦਾ ਹੈ ਪਹਿਲੱਖ ਇਸ ਮੁੰਡੇ ਨੂੰ ਸੰਦੂਖ ਵਿੱਚ ਤੇ ਫਿਰ ਸੁੱਟ ਦੇ ਸੰਦੂਖ ਨੂੰ ਦਰਿਆ ਵਿੱਚ ਫਿਰ ਦਰਿਆ ਸੁੱਟ ਦੇਗਾ ਉਹਨੂੰ ਕੰਢੇ ਉੱਤੇ ਲੈ ਲੈ گا ਉਹਨੂੰ ਦੁਸ਼ਮਣ ਮੇਰਾ ਤੇ ਵੈਰੀ ਉਹਦਾ ਤੇ ਪਾ ਦਿੱਤੀ ਮੈਂ ਤੇਰੇ ਉੱਤੇ ਮੁਹੱਬਤ ਆਪਣੇ ਵੱਲੋਂ ਨਾਲੇ ਤਾਂ ਜੋ ਪਾਲਿਆ ਜਾਏ ਮੇਰੀ ਅੱਖ ਦੇ ਸਾਹਮਣੇ ਯਾਦ ਕਰ ਜਦ ਤੁਰਦੀ ਸੀ ਭੈਣ ਤੇਰੀ ਫਿਰ ਆਖਦੀ ਸੀ ਭਲਾ ਮੈਂ ਪਤਾ ਦਿਆ ਤੁਹਾਨੂੰ ਉਹਦਾ ਜਿਹੜੀ ਪਾਲੇ ਇਸ ਨੂੰ ਫੇਰ ਮੋੜ ਲਿਆਂਦਾ ਤੈਨੂੰ ਅਸਾਂ ਤੇਰੀ ਮਾਂ ਵੱਲ ਤਾਂ ਠੰਡੀ ਹੋਵੇ ਆਖੋਲੀ ਤੇ ਨਾ ਚੁਰੇ ਤੇ ਯਾਦ ਕਰ ਜਦ ਖੂਨ ਕੀ ਤੋਈ ਇੱਕ ਜਾਨ ਦਾ ਫੇਰ ਬਚਾ ਦਿੱਤਾ ਅਸਾਂ ਤੈਨੂੰ ਗਮਤੋਂ ਫੇਰ ਆਖ ਵਿੱਚ ਪਾਇਆ ਅਸਾਂ ਤੈਨੂੰ ਅਜ਼ਮਾਨ ਲਈ ਫੇਰ ਉਹ ਕਈ ਵਰੇ ਮਦੀਨ ਵਾਲਿਆਂ ਵਿੱਚ ਫਿਰ ਐ موسی ਹੁਣ ਆਇਆ ਇੱਕ ਅੰਦਾਜ਼ੇ ਸਿਰ ਤੇ ਪਸੰਦ ਕੀਤਾ ਮੈਂ ਤੈਨੂੰ ਕੰਮ ਲਈ ਆਪਣੇ ਵਾਸਤੇ ਜਾ ਤੂੰ ਤੇ ਭਰਾ ਤੇਰਾ ਮੇਰੀਆਂ ਨਿਸ਼ਾਨੀਆਂ ਲੈ ਕੇ ਤੇ ਸੁਸਤੀ ਨਾ ਕਰਿਓ ਮੇਰੀ ਯਾਦ ਵਿੱਚ ਜਾਓ ਦੋਵੇਂ ਫਿਰ ਆਉਣ ਵਾਲ ਉਹ ਜ਼ਰੂਰ ਹੱਥੋਂ ਟਪ ਗਿਆ ਏ ਫਿਰ ਆਖੋ ਉਹਨੂੰ ਗੱਲ ਨਰਮ ਸ਼ਾਇਦ ਉਹ ਸੋਚੇ ਜਾਂ ਡਰ ਜਾਏ ਆਖਣ ਲੱਗੇ ਸਾਡੇ ਰੱਬਾ ਅਸੀਂ ਜ਼ਰੂਰ ਡਰਨੇ ਆ ਜੋ ਬੜੇ ਜੋਸ਼ ਵਿੱਚ ਆ ਜਾਏ ਅਸਾਂ ਉੱਤੇ ਜਾਂ ਭੜਕ ਪਏ ਫਰਮਾਇਆ ਨਾ ਡਰੋ ਮੈਂ ਜ਼ਰੂਰ ਨਾਲ ਨਾ ਤੁਹਾਡੇ ਸੁਣਨਾ ਤੇ ਵੇਖਣਾ ਸੋ ਜਾਓ ਉਸ ਕੋਲ ਫੇਰਾਖੋ ਅਸੀਂ ਦੋਵੇਂ ਪੇਜੇ ਹੋਏ ਆਂ ਤੇਰੇ ਰੱਬ ਦੇ ਸੋ ਭੇਜਦੇ ਅਸਾਂ ਨਾਲ ਬਣੀ ਇਸرائیਲ ਨੂੰ ਤੇ ਨਾ ਅਜ਼ਾਬ ਕਰੋ ਉਹਨਾਂ ਨੂੰ ਅਸੀਂ ਜ਼ਰੂਰ ਲਿਆਏ ਆਂ ਤੇਰੇ ਕੋਲ ਨਿਸ਼ਾਨੀ ਤੇਰੇ ਰੱਬ ਵੱਲੋਂ ਤੇ ਸਲਾਮਤੀ ਉਹਦੀ ਜਿਹੜਾ ਤੁਰਿਆ ਹਦਾਇਤ ਦੇ ਰਾਹ ਅਸੀਂ ਜੂ ਆਂ ਹੁਕਮ ਆਇਆ ਸਾਡੇ ਬਲ ਪਈ ਅਜ਼ਾਬ ਉਤੇਗਾ ਉਹ ਸੁੱਤੇ ਜਿੰਨ ਚੁੱਠ ਲਾਇਆ ਤੇ ਮੂੰਹ ਮੋੜਿਆ ਫਰਾਉਨ ਆਖ ਲਗਾ ਫਿਰ ਕਿਹੜਾ ਹੈ ਰੱਬ ਤੁਸੀਂ ਦੋਹਾਂ ਦਾ ਇਹ ਮੂਸਾ ਆਖਿਓ ਸੁ ਸਾਡਾ ਰੱਬ ਉਹ ਹੈ ਜਿਨ ਬਖਸ਼ੀ ਹਰ ਚੀਜ਼ ਨੂੰ ਸ਼ਕਲ ਹੋਦੀ ਫਿਰ ਰਾ ਦਸਿਆ ਉਹਦੇ ਨਫੇ ਤੇ ਨੁਕਸਾਨ ਦਾ ਫਿਰੋਂ ਆਖ ਲਗਾ ਫਿਰ ਕੀ ਹਾਲ ਹੋਇਆ ਸੰਗਤਾਂ ਪਹਿਲੀਆਂ ਦਾ ਆਖਿਓ ਸੁ ਇਲਮ ਉਹਨਾਂ ਦਾ ਮੇਰੇ ਰੱਬ ਕੋਲੇ ਕਿਤਾਬ ਵਿੱਚ ਨਾ ਗਲਤੀ ਕਰਦਾ ਰੱਬ ਮੇਰਾ ਤੇ ਨਾ ਭੁੱਲਦਾ ਹੈ ਰੱਬ ਜਿਨ ਬਣਾ ਦਿੱਤੀ ਤੁਹਾਨੂੰ ਜ਼ਮੀਨ ਵਿਛਾਉਣਾ ਤੇ ਰਵਾ ਕਰ ਦਿੱਤੇ ਤੁਹਾਨੂੰ ਉਸ ਵਿੱਚ ਰਾ ਤੇ ਉਤਾਰਿਆ ਅਸਮਾਨੋਂ ਪਾਣੀ ਫਿਰ ਕੱਢੀ ਅਸਾਂ ਉਸ ਨਾਲ ਕਈ ਜਿੰਸ ਦੀ ਅੰਗੂਰੀ ਪਾਦ ਪਾਦ ਦੇ ਖਾਓ ਤੇ ਚਰੋ ਚੋ ਖਾਣਾ ਆਪਣਿਆਂ ਨੂੰ ਜ਼ਰੂਰ ਇਸ ਵਿੱਚ ਨੇ ਨਿਸ਼ਾਨੀਆਂ ਅਕਲਾਂ ਵਾਲਿਆਂ ਲਈ ਐਸੀ ਜ਼ਮੀਨ ਵਿੱਚੋਂ ਪੈਦਾ ਕੀਤਾ ਅਸਾਂ ਤੁਹਾਨੂੰ ਤੇ ਇਸ ਵਿੱਚ ਮੋੜ ਕੇ ਤੁਹਾਨੂੰ ਪਾਵਾਂਗੇ ਤੇ ਐਸੇ ਵਿੱਚੋਂ ਕੱਢਾਂਗੇ ਤੁਹਾਨੂੰ ਦੂਜੀ ਵਾਰੀ ਤੇ ਜ਼ਰੂਰ ਵਖਾਈਆਂ ਅਸਾਂ ਫਰਾਉਨ ਨੂੰ ਨਿਸ਼ਾਨੀਆਂ ਆਪਣੀਆਂ ਫੇਰ ਝੁੱਟਲਾਇਓ ਸੁ ਤੇ ਨਾ ਮੰਨਿਓ ਸੁ ਆਖਿਓ ਸੁ ਭਲਾ ਆਏ ਤੂੰ ਅਸਾ ਕੋਲ ਤਾ ਕੱਢ ਦੇ ਸਾਨੂੰ ਸਾਡੇ ਮੁਲਕੋਂ ਆਪਣੇ ਜਾਦੂ ਨਾਲ ਐ ਮੂਸਾ ਸੋ ਅਸੀਂ ਵੀ ਜ਼ਰੂਰ ਲਿਆਵਾਂਗੇ ਤੇਰੇ ਕੋਲ ਜਾਦੂ ਉਹੋ ਜਿਆ ਸੋ ਠਹਿਰਾ ਸਾਡੇ ਤੇ ਆਪਣੇ ਵਿੱਚ ਮੁਕਾਬਲੇ ਦਾ ਥਾਂ ਖੁੱਲੇ ਮੈਦਾਨ ਵਿੱਚ ਉਲਟ ਕਰੀਏ ਉਹਦਾ ਅਸੀਂ ਤੇ ਨਾ ਤੂੰ ਆਖਿਓ ਸੁ ਵਾਦਾ ਤੁਹਾਡਾ ਇਹ ਮੇਲੇ ਦੇ ਦਿਨ ਦਾ ਤੇ ਇਹ ਜੋ ਇਕੱਠੇ ਕੀਤੇ ਜਾਣ ਲੋਕ ਛਾਵੇਲੇ ਫਿਰ ਮੁੜ ਗਿਆ ਫਿਰੋਂ ਫਿਰ ਇਕੱਠਾ ਕੀਤਾ ਸੁ ਦਾ ਆਪਣਾ ਫਿਰ ਆਇਆ ਮੁਕਾਬਲੇ ਵਿੱਚ ਮੁਕਾਬਲੇ ਤੋਂ ਪਹਿਲੇ ਆਖਿਆ ਉਹਨਾਂ ਨੂੰ موسی ਨੇ ਤੇ ਬੁਰਾ ਹੋਵੇ ਤੁਹਾਡਾ ਨਾ ਜੋੜੋ ਅੱਲਾ ਉੱਤੇ ਝੂਠ ਫਿਰ ਜੜ ਪੁੱਟ ਦੇਗਾ ਤੁਹਾਡੀ ਉਦਾਬ ਨਾਲ ਤੇ ਜ਼ਰੂਰ ਨਾ ਮੁਰਾਦ ਰਿਆ ਜਿਹਨੇ ਝੂਠ ਜੋੜਿਆ ਫਿਰ ਝਗੜਾ ਕੀਤਾ ਨੇ ਆਪਣੇ ਕੰਮ ਦਾ ਆਪੇ ਵਿੱਚ ਜਾਦੂਗਰਾਂ ਨੇ ਯਾ ਭਾਈ ਅਸੀਂ ਸਾਹਮਣਾ ਕਰੀਏ ਜਾਂ ਨਾ ਕਰੀਏ ਤੇ ਛੁਪਾ ਕੇ ਸਲਾਹ ਵੀ ਕੀਤੀ ਉਹਨੇ ਫਿਰ ਆਖਿਓ ਨੇ ਇਹ ਦੋਵੇਂ موسی ਤੇ ਹਾਰੂਨ ਜ਼ਰੂਰ ਹੀ ਜਾਦੂਗਰ ਨੇ ਚਾਹਂਦੇ ਨੇ ਜੋ ਕੱਢ ਦੇਣ ਤੁਹਾਨੂੰ ਮੁਲਕੋਂ ਆਪਣੇ ਜਾਦੂ ਨਾਲ ਤੇ ਖਤਮ ਕਰ ਦੇਣ ਤਰੀਕਾ ਹਿਆਤੀ ਦਾ ਤੁਹਾਡਾ ਚੰਗਾ ਫਿਰ ਇਕੱਠਾ ਕਰੋ ਦਾ ਆਪਣਾ ਫਿਰ ਆਓ ਸਾਫ ਬਣ ਕੇ ਤੇ ਜ਼ਰੂਰ ਮਰਦ ਪਾ ਗਿਆ ਅੱਜ ਜਿਹੜਾ ਉੱਤੇ ਰਿਆ ਜਾਦੂਗਰਾਂ ਆਖਿਆ ਰਿਆ موسی ਜਾਂ ਇਹ ਜੋ ਤੂੰ ਸੁਟੇ ਤੇ ਯਾ ਅਸੀਂ ਬਣੀਏ ਪਹਿਲੇ ਸੁਟਣ ਵਾਲੇ ਆਖਿਓ ਸੁਸਗੋ ਤੁਸੀਂ ਸੁਟੋ ਫਿਰ ਤਾ ਦੋਈਰ ਸੀਆਂ ਉਹਨਾਂ ਦੀਆਂ ਤੇ ਲਾਠੀਆਂ ਉਹਨਾਂ ਦੀਆਂ موسی ਦੇ ਖਿਆਲ ਵਿੱਚ ਪਈਆਂ ਉਹਨਾਂ ਦੇ ਜਾਦੂ ਦੇ ਸਬਬੋਂ ਪਈ ਉਹ ਜ਼ਰੂਰ ਦੌੜਦੀਆਂ ਨੇ ਫਿਰ ਛੁਪਾਇਆ ਆਪਣੇ ਜੀਬ ਵਿੱਚ ਖਾਫ موسی ਨੇ ਅਸਾਂ ਆਖਿਆ ਨਾ ਡਰ ਜ਼ਰੂਰ ਤੂੰ ਹੀ ਹੈ ਆ ਸਭ ਦੇ ਉੱਤੇ ਤੇ ਛੁੱਟ ਦੇ ਜੋ ਤੇਰੇ ਸੱਜੇ ਹੱਥ ਵਿੱਚੇ ਨਿਗਲ ਜਾਏਗਾ ਜੋ ਬਣਾਇਆ ਨੇ ਇਹ ਤੇ ਨੀਰਾ ਫਰੇਬ ਜਾਦੂਗਰਾਂ ਦਾ ਤੇ ਨਹੀਂ ਮੁਰਾਦ ਪਾਉਂਦਾ ਜਾਦੂਗਰ ਜਿੱਥੇ ਜਾਏ ਡਿੱਗ ਪੈ ਜਾਦੂਗਰ ਸਜਦਾ ਕਰ ਦੇ ਆਖਿਓ ਨੇ ਮੰਨਿਆ ਸਾ ਰਬ ਹਾਰੂਨ ਤੇ موسی ਦੇ ਨੂੰ ਫਿਰ ਉਹ ਆਖਿਓ ਸੂ ਮੰਨ ਲਿਆ ਜੀ ਉਹਨੂੰ ਪਹਿਲੇ ਇਸ ਦੇ ਜੋ ਮੈਂ ਹੁਕਮ ਦਿਆਂ ਤੁਹਾਨੂੰ ਉਹ ਜ਼ਰੂਰ ਵੱਡਾ ਹੈ ਤੁਹਾਡਾ ਜਿਸ ਖਾਇਆ ਤੁਹਾਨੂੰ ਜਾਦੂ ਸੋ ਜ਼ਰੂਰ ਵੱਡ ਦੇਗਾ ਹੱਥ ਤੁਹਾਡੇ ਦੇ ਪੈਰ ਤੁਹਾਡੇ ਉਲਟੇ ਦਾਉ ਤੇ ਜ਼ਰੂਰ ਸੂਲੀ ਦੇਗਾ ਤੁਹਾਨੂੰ ਖਜੂਰ ਦੀਆਂ ਪੌਰੀਆਂ ਉਤੇ ਤੇ ਜ਼ਰੂਰ ਜਾਣ ਲਓਗੇ ਕਿਸ ਦਾ ਸਾਡੇ ਵਿੱਚੋਂ ਬਧੇਰਾ ਸਖਤ ਤੇ ਦੇਰ ਪਾਏ ਅਜ਼ਾਬ ਆਖਿਓ ਜਾਦੂਗਰਾਂ ਨੇ ਅਸੀਂ ਹਰ ਕਿਸੇ ਨਾਲ ਚੰਗਾ ਜਾਣਾਂਗੇ ਤੈਨੂੰ ਉਸ ਨਾਲੋਂ ਜੋ ਪਹੁੰਚਿਆ ਸਾਨੂੰ ਸਾਫ਼ ਸੱਚੀਆਂ ਦਲੀਲਾਂ ਤੇ ਉਸ ਨਾਲੋਂ ਜਿਨ ਪੈਦਾ ਕੀਤਾ ਸਾਨੂੰ ਸੋ ਕਰ ਲੈ ਜੋ ਤੂੰ ਕਰਨਾ ਹੈ ਤੂੰ ਕਰੇਗਾ ਫੈਸਲਾ ਨਾ ਇਸ ਦੁਨੀਆ ਦੇ ਜੀਉਣੇ ਵਿੱਚ ਅਸੀਂ ਜ਼ਰੂਰ ਮੰਨ ਲਿਆ ਆਪਣੇ ਰੱਬ ਨੂੰ ਤਾਂ ਬਖਸ਼ੇ ਸਾਨੂੰ ਗੁਨਾਹ ਸਾਡੇ ਤੇ ਜਿਸ ਜਾਦੂ ਕਰਨੇ ਉਤੇ ਤੂੰ ੱਤਕਾ ਕੀਤਾ ਐ ਸਾ ਨਾਲ ਤੇ ਅੱਲਾ ਚੰਗਾ ਏ ਤੇ ਸਦਾ ਰਹਿਣ ਵਾਲਾ ਏ ਐਉਂ ਗੱਲ ਏ ਜਿਹੜਾ ਆਵੇਗਾ ਆਪਣੇ ਰੱਬ ਕੋਲ ਪਾਪੀ ਹੋ ਕੇ ਸੋ ਉਹਦੇ ਲਈ ਜ਼ਰੂਰ ਦੋਜ਼ਖੇ ਨਾ ਮਰੇਗਾ ਉੱਥੇ ਤੇ ਨਾ ਜੀਵੇਗਾ ਕਿ ਜਿਹੜਾ ਆਵੇਗਾ ਉਸ ਕੋਲ ਈਮਾਨ ਲੈ ਕੇ ਕੀਤੀਆਂ ਸੂ ਨੇਕੀਆਂ ਸੋ ਉਹ ਨੇ ਜਿਨ੍ਹਾਂ ਦੀ ਦਰਜੇ ਨੇ ਉੱਚੇ ਬੇਇਸ਼ਤ ਨੇ ਸਦਾ ਬਹਾਰ ਬਗਦੀਆਂ ਨੇ ਹੀਠੋਂ ਦੇ ਨਹਿਰਾ ਹਮੇਸ਼ਾ ਰਹਿਣਗੇ ਉੱਥੇ ਤੇ ਇਹੀ ਬਦਲਾ ਉਹਦਾ ਜਿਹੜਾ ਪਾਕ ਹੋਇਆ ਤੇ ਜ਼ਰੂਰ ਹੁਕਮ ਭੇਜਿਆ ਅਸਾਂ موسی ਵਾਲੇ ਜੋ ਰਾਤੀ ਲੈ ਚਲ ਮੇਰੇ ਬੰਦਿਆਂ ਨੂੰ ਫਿਰ ਬਣਾ ਦੇ ਉਹਨਾਂ ਨੂੰ ਰਾਤ ਮੁੰਦਰ ਵੀ ਸੁੱਕਾ ਨਾ ਡਰੀ ਤੂੰ ਆ ਪਕੜਨੇ ਤੂੰ ਤੇ ਨਾ ਖੋਪਰੀ ਡੰਬਦਾ ਫਿਰ ਮਗਰ ਪਿਆ ਉਹਨਾਂ ਦੇ ਫਰਾਉਨ ਆਪਣੀਆਂ ਫੌਜਾਂ ਲੈ ਕੇ ਫਿਰ ਟੱਕ ਦਿਆ ਉਹਨਾਂ ਨੂੰ ਸਮੁੰਦਰ ਨੇ ਜਿਸ ਤਰ੍ਹਾਂ ਟੱਕਣ ਦਾ ਹੱਕੇ ਤੇ ਰਾਵ ਭੁਲਾਈ ਫਰਾਉਨ ਨੇ ਕੌਮ ਆਪਣੀ ਤੇ ਨਾ ਸਿੱਧੇ ਰਾ ਪਾਈ ਐ ਬਣੀ ਇਸਰਾਇਲ ਜ਼ਰੂਰ ਬਚਾਇਆ ਅਸਾਂ ਤੁਹਾਨੂੰ ਤੁਹਾਡੇ ਦੁਸ਼ਮਣੋਂ ਤੇ ਵਾਦਾ ਦਿੱਤਾ ਅਸਾਂ ਤੁਹਾਨੂੰ ਹਾਜ਼ਰੀ ਦਾ ਸੱਜੇ ਪਾਸੇ ਤੂਰ ਪਾਰ ਦੇ ਤੇ ਉਤਾਰੀ ਅਸਾਂ ਤੁਸਾਂ ਉੱਤੇ ਤੁਰੰਜ ਵੀਨ ਤੇ ਲਵਾ ਕੌ ਸਵਾਦ ਦੇ ਵਿੱਚੋਂ ਜੋ ਦਿੱਤਾ ਅਸਾਂ ਤੁਹਾਨੂੰ ਕਿੰਨਾ ਹੱਦੋਂ ਲੰਘੋ ਉਸ ਵਿੱਚ ਵਰਨਾ ਉਤਰੇਗਾ ਤੁਸਾਂ ਉੱਤੇ ਗ਼ਜ਼ਬ ਮੇਰਾ ਤੇ ਜਿਸ ਉੱਤੇ ਉਤਰੇ ਗ਼ਜ਼ਬ ਮੇਰਾ ਸੋ ਜ਼ਰੂਰ ਬਰਬਾਦ ਹੋ ਗਿਆ ਤੇ ਮੈਂ ਜ਼ਰੂਰ ਬਖਸ਼ਣ ਹਾਂ ਉਸ ਨੂੰ ਜਿਨ ਤੋਬਾ ਕੀਤੀ ਤੇ ਮੰਨਿਆ ਤੇ ਕੀਤਾ ਨੇਕ ਕੰਮ ਫੇਰ ਹਿਦਾਇਤ ਉਤੇ ਰਿਆ ਤੇ ਕਿਨ ਕਾਲ ਵਿੱਚ ਪਾਜ ਤਾ ਤੈਨੂੰ ਕੌਮ ਤੇਰੀ ਤੋਂ ਐ موسی ਆਖਿਓ ਸੁ ਇਹ ਲੋਕ ਇਹ ਸੰ ਪਿੱਛੇ ਮੇਰੇ ਤੇ ਖੇਤੀ ਆਇਆ ਮੈਂ ਤੇਰੇ ਵੱਲ ਮੇਰੇ ਰੱਬਾ ਤਾ ਰਾਜ਼ੀ ਹੋਵੇਂ ਮੈਂ ਥੋਂ ਫਰਮਾਇਆ ਤਾ ਜ਼ਰੂਰ ਅਜ਼ਮਾਇਆ ਇਹ ਕੌਮ ਤੇਰੀ ਨੂੰ ਪਿੱਛੇ ਤੇਰੇ ਤੇ ਰੌਹ ਬੁਲਾਇਆ ਉਹਨਾਂ ਨੂੰ ਸ਼ਾਮਰੀ ਨੇ ਫੇਰ ਮੋੜ ਆਇਆ موسی ਆਪਣੀ ਕੌਮ ਬਲ ਗੁੱਸੇ ਭਰਿਆ ਚੁਰਦਾ ਆਖਿਓ ਸੁਐ ਮੇਰੀ ਕੌਮ ਭਲਾ ਨਹੀਂ ਵਾਦਾ ਦਿੱਤਾ ਸੀ ਤੁਹਾਨੂੰ ਰੱਬ ਤੁਹਾਡੇ ਨੇ ਵਾਦਾ ਸੁਣਾ ਭਲਾ ਫੇਰ ਵਾਦੇ ਦੀ ਲੰਮੀ ਹੋ ਗਈ ਸੀ ਤੁਸਾਂ ਉੱਤੇ ਮੁੱਦਤ ਇਹ ਚਾਹੋ ਜੇ ਜੋ ਉਤਰੇ ਤੋ ਸਾਂ ਉੱਤੇ ਗਦਰ ਤੁਹਾਡੇ ਰੱਬ ਦਾ ਜੇ ਉਲਟ ਕੀਤਾ ਜੇ ਮੇਰੇ ਵਾਦੇ ਦਾ ਆਖੋ ਲੋ ਨਹੀਂ ਉਲਟ ਕੀਤਾ ਅਸਾਂ ਵਾਦੇ ਤੇਰੇ ਦਾ ਆਪਣੇ ਇਖਤਿਆਰ ਨਾਲ ਪਰ ਸਾਨੂੰ ਚੁਕੜੇ ਪਏ ਭਾਰ ਉਹਨਾਂ ਲੋਕਾਂ ਦੇ ਗਹਿਣਿਆਂ ਦੇ ਸੋ ਅਸਾਂ ਤੇ ਉਹ ਸੁੱਟ ਦਿੱਤੇ ਸਾਂ ਫਿਰ ਐਸੇ ਤਰ੍ਹਾਂ ਕੁਝ ਸੁੱਟਿ ਹੋਈ ਸਾਂਬਰੀ ਨੇ ਤੇ ਫਿਰ ਬਣਾ ਕਢਿਓ ਸੋਨ ਨਾਲ ਇੱਕ ਬੱਚਾ ਇੱਕ ਤਰ ਜਿਸ ਚ ਆਵਾਜ਼ ਹੈ ਗਾਂ ਦੀ ਫਿਰ ਆਖਣ ਲੱਗੇ ਇਹ ਮਬੂਦ ਹੈ ਤੁਹਾਡਾ ਤੇ ਮਬੂਦ موسی ਦਾ ਵੀ ਫੇਰ ਵਿਸਰ ਗਿਆ ਸੁ ਪਲਾ ਫੇਰ ਵੇਖਦੇ ਨਹੀਂ ਜੇ ਉਹ ਜਵਾਬ ਨਹੀਂ ਦਿੰਦਾ ਇਹਨਾਂ ਨੂੰ ਕਿਸੇ ਗੱਲ ਦਾ ਤੇ ਨਹੀਂ ਇਖਤियार ਰੱਖਦਾ ਇਹਨਾਂ ਦੇ ਨੁਕਸਾਨ ਦਾ ਤੇ ਨਾ ਨਫੇ ਦਾ ਤੇ ਜ਼ਰੂਰ ਆਖਿਆ ਸੀ ਉਹਨਾਂ ਨੂੰ ਹारੂਨ ਨੇ ਲੈ ਲੈ ਸੇ ਅਮਰੀਕਾ ਹੋਮ ਤੁਹਾਡੀ ਨਿਰੀ ਅਜ਼ਮਾਇਸ਼ ਹੋਈ ਹੈ ਇਸ ਨਾਲ ਤੇ ਰੱਬ ਤੁਹਾਡਾ ਜ਼ਰੂਰ ਰਹਿਮਾਨ ਹੈ ਸੋ ਤਾਬੇਦਾਰੀ ਕਰੋ ਮੇਰੀ ਤਮੰਨਾ ਗੱਲ ਮੇਰੀ ਆਖਿਓ ਨਹੀਂ ਅਸੀਂ ਹਮੇਸ਼ਾ ਰਹਾਂਗੇ ਇਹਦੇ ਉੱਤੇ ਮੁਜਾਵਰ ਜਦ ਤੱਕ ਨਾ ਮੋੜ ਆਵੇ ਸਾਡੇ ਕੋਲ موسیٰ मूसा ने आख्या है हारून जद डिठो ही इन्हों को पे हो मेरे मगर तुरन तो -तु किस मना किया तेन क्यों फिर मोड़ियो हुक्म मेरा आख लगा है मेरी अम्मा दे जाया ना फरदारी मेरी ते ना मेरे सिर दे छत्ते मैं जरूर डर गया सही आखेंगा फुट पा दिती हुई बनी इसराइल विच ते ना पास की तो ही मेरी गल दा मूसा आख्यो सू फिर की हाल है तेरा है सामरी ਅੱਖਾਂ ਲਗਾ ਮੈਂ ਵੇਖ ਲਿਆ ਜੋ ਇਹ ਨਹੀ ਚੀ ਵੇਖਿਆ ਫੇਰ ਪਰਲੀ ਮੈਂ ਇੱਕ ਮੁੱਠ ਮਿੱਟੀ ਦੀ ਉਸ ਭੇਜੇ ਹੋਏ ਦੇ ਖੋਜ ਤੋਂ ਫੇਰ ਮੈਂ ਉਹ ਸੁੱਟ ਦਿੱਤੀ ਤੇ ਇਸੇ ਤਰ੍ਹਾਂ ਸਲਾਹ ਦਿੱਤੀ ਹੋਈ ਮੈਨੂੰ ਮੇਰੇ ਜੀ ਨੇ ਆਖਿਓ ਸੂ ਤਾ ਚਲਾ ਜਾ ਫੇਰ ਜ਼ਰੂਰ ਤੇਰੇ ਲਈ ਹੈ ਜ਼ਿੰਦਗੀ ਵਿੱਚ ਭਾਈ ਪਿਆ ਆਖੇਗਾ ਮੈਨੂੰ ਛੂਣਾ ਨਹੀਂ ਤੇ ਤੇਰੇ ਲਈ ਜ਼ਰੂਰ ਆਖਰਤ ਦੇ ਅਜ਼ਾਬ ਦਾ ਇੱਕ ਵਾਅਦਾ ਹੈ ਹਲਕੀ ਦੇ ਖਿਲਾਫ ਨਹੀਂ ਹੋਣਾ ਉਹਦਾ ਤੇਰੇ ਨਾਲ ਵੇਖ ਆਪਣੇ ਮਾਬੂਦ ਵੱਲ ਜਿਸ ਉਤੇ ਰਹਿ ਮੁਜਾਬਰ ਬਣਿਆ ਅਸੀਂ ਜ਼ਰੂਰ ਸਾਰ ਦੇਾਂਗੇ ਉਹਨੂੰ ਫਿਰ ਅਸੀਂ ਜ਼ਰੂਰ ਉਡਾ ਦੇਾਂਗੇ ਉਹਨੂੰ ਤੇਰੀ ਆਵ ਵਿੱਚ ਖਿਡਾਰ ਕੇ ਲੋਕੋ ਮਾਬੂਦ ਤੁਹਾਡਾ ਨਿਹਰਾ ਉਹ ਅੱਲਾ ਹੈ ਜਿਸ ਬਿਨ ਕੋਈ ਲਾਇਕ ਪੂਜਾ ਦੇ ਨਹੀਂ ਸਮਾਈ ਹੈ ਹਰ ਚੀਜ਼ ਦੀ ਉਹਦੇ ਇਲਮ ਵਿੱਚ ਐ ਹਬੀਬ ਇਸੇ ਤਰ੍ਹਾਂ ਅਸੀਂ ਬਿਆਨ ਕਰਨੇ ਆ ਤੇਰੇ ਅੱਗੇ ਉਹਦੀ ਖਬਰਾਂ ਵਿੱਚੋਂ ਜੋ ਅੱਗੇ ਗੁਜ਼ਰਿਆ ਤੇ ਜ਼ਰੂਰ ਦਿੱਤੀ ਅਸਾਂ ਤੈਨੂੰ ਆਪਣੇ ਕੋਲੋਂ ਨਸੀਹਤ ਜਿਨ ਮੂੰਹ ਫੇਰਿਆ ਉਸ ਤੋਂ ਸੋ ਉਹ ਜ਼ਰੂਰ ਚੁਕੇਗਾ ਦਿਨ ਕਿਆਮਤ ਦੇ ਗੁਨਾਹ ਦਾ ਪਾਰ ਸਦਾ ਰਹਿਣਗੇ ਉਸ ਵਿੱਚ ਤੇ ਕਿਆ ਬੁਰਾ ਹੈ ਉਹਨਾਂ ਲਈ ਦਿਨ ਕਿਆਮਤ ਦੇ ਪਾਰ ਚੁਕਣਾ ਜਿਸ ਦਿਨ ਭੂਕ ਵਜੇਗੀ ਕਰਨਾ ਵਿੱਚ ਤੇ ਇਕੱਠਾ ਕਰਾਂਗੇ ਅਸੀਂ ਪਾਪੀਆਂ ਬਿਲੀਆਂ ਅੱਖਾਂ ਵਾਲਿਆਂ ਨੂੰ ਹੌਲੀ ਹੌਲੀ ਆਖਦੇ ਨੇ ਆਪੇ ਵਿੱਚ ਨਹੀਂ ਠਹਿਰੇ ਉਹ ਪਰ 10 ਦਿਨ ਅਸੀਂ ਖੂਬ ਜਾਣਿਆ ਜੋ ਆਖਦੇ ਨੇ ਜਦ ਆਖਦਾ ਹੈ ਚੰਗੇ ਰਾਵਾਂ ਦਾ ਉਹਨਾਂ ਦਾ ਨਹੀਂ ਠਹਿਰੇ ਉਹ ਪਰ ਇੱਕ ਦਿਨ हबीब पुछ ते पुछदेन पहाड़ा हाल फिर तु आख उड़ा देगा फिर कर छेगा उस जमीन रड़ा ना मैदान ना देखेगा उसमान ना उचान उस दिन मगर तुर पैन मुनादी करने वाले दे आकड़ बखाना वास देवी हो जाए गुदा दे? न फिर खसर पसर स्वाह कुछ ना सुन सकोगे ਉਸ ਦਿਨ ਨਾ ਨਫਾ ਦੇਗੀ ਸ਼ਫਾਤ ਪਰ ਜਿਸ ਦੇ ਵਾਸਤੇ ਹੁਕਮ ਦਿੱਤਾ ਖੁਦਾ ਨੇ ਤੇ ਸੁਣਨਾ ਪਸੰਦ ਕਰੇਗਾ ਉਹਦੀ ਗੱਲ ਜਾਣਦਾ ਹੈ ਜੋ ਕੁਝ ਉਹਨਾਂ ਦੇ ਅੱਗੇ ਤੇ ਜੋ ਉਹਨਾਂ ਦੇ ਪਿੱਛੇ ਤੇ ਦੂਜੇ ਨਹੀਂ ਘੇਰਦੇ ਉਸ ਦੇ ਇਲਮ ਨੂੰ ਕਿ ਫੂਕ ਹੋ ਜਾਣਗੇ ਮੂੰਹ ਅੱਗੇ ਅਸਲ ਜ਼ਿੰਦੇ ਸਭ ਦੇ ਥੰਮਣ ਵਾਲੇ ਦੇ ਤੇ ਜ਼ਰੂਰ ਨਾ ਮੁਰਾਦ ਰਿਆ ਜਿੰਨ ਚੁੱਕਿਆ ਭਾਰ ਜ਼ੁਲਮ ਦਾ ਤੇ ਜਿਹੜਾ ਕਦੇ ਕੁਝ ਪਲਿਆਈਆਂ ਨਾਲੇ ਉਹ ਹੈ ਇਮਾਨਦਾਰ

ਤੇ ਆਖ ਮੇਰੇ ਰੱਬਾ ਵਧੇਰਾ ਦੇ ਮੈਨੂੰ ਇਲਮ ਤੇ ਜ਼ਰੂਰ ਹੁਕਮ ਕੀਤਾ ਸੀ ਅਸਾਂ ਆਦਮ ਨੂੰ ਇਹਦੋਂ ਪਹਿਲੇ ਫਿਰ ਵਿਸਰ ਗਿਆ ਉਸ ਤੇ ਨਾ ਦਿੱਤੀ ਅਸਾਂ ਉਸ ਵਿੱਚ ਪੱਕਿਆਈ ਤੇ ਜਦ ਆਖਿਆ ਅਸਾਂ ਫਰਿਸ਼ਤਿਆਂ ਨੂੰ ਸਜਦਾ ਕਰੋ ਆਦਮ ਨੂੰ ਤਾਂ ਸਜਦਾ ਕੀਤਾ ਨਹੀਂ ਪਰ ਸ਼ੈਤਾਨ ਨੇ ਕਬੂਲ ਨਾ ਕੀਤਾ ਉਸ ਫਿਰ ਆਖਿਆ ਅਸਾਂ ਆਦਮ ਜ਼ਰੂਰ ਹੈ ਦੁਸ਼ਮਣ ਹੈ ਤੇਰਾ ਤੇ ਤੇਰੀ ਬੀਬੀ ਦਾ ਸੋਨਾ ਕੱਢ ਦੇ ਤੁਹਾਨੂੰ ਦੋਵਾਂ ਨੂੰ ਵਿਚ ਤੋਂ ਫਿਰ ਸ਼ਕਤੀ ਵਿੱਚ ਪੈ ਜਾਓਗੇ ਜ਼ਰੂਰ ਤੇਰੇ ਵਾਸਤੇ ਹੈ ਇਹ ਜੋ ਨਾ ਭੁੱਖਾ ਰਹੇ ਇਥੇ ਤੇ ਨਾ ਨੰਗਾ ਰਹੇਗਾ ਤੇ ਤੂੰ ਜ਼ਰੂਰ ਨਾ ਪਿਆਸਾ ਰਹੇਗਾ ਇਥੇ ਤੇ ਨਾ ਧੁੱਪੇ ਸੜੇਗਾ ਫਿਰ ਵਸਵਸਾ ਪਾਇਆ ਉਹਨੂੰ ਸ਼ੈਤਾਨ ਨੇ ਆਖਿਓ ਸੁ ਆ ਆਦਮ ਭਲਾ ਮੈਂ ਪਤਾ ਦਿਆਂ ਤੈਨੂੰ ਸਦਾ ਬੇਸ਼ਟ ਵਿੱਚ ਰਹਿਣ ਦੇ ਦਰਖਤ ਦਾ ਤੇ ਬਾਦਸ਼ਾਹੀ ਦਾ ਜੋ ਪੁਰਾਣੀ ਨਾ ਹੋਵੇ ਫਿਰ ਖਾਦਾ ਦੋਮਨ ਉਸ ਦਰਖਤੋਂ ਫਿਰ ਜ਼ਾਹਿਰ ਹੋਗੇ ਦੋਮਨ ਨੂੰ ਸਤਰ ਉਹਨਾਂ ਦੇ ਤੇ ਲੱਗੇ ਚ ਬੋਲਣੇ ਆਪਣੇ ਉੱਤੇ ਪੱਤਰ ਬਹਿਸ਼ ਦੇ बेफरमानी की दुश्मन ने अपने राब दी, फिर, फिर जो पोची थे वालों राह दबर फिर जरा तुरंत तो मेरे, मेरे दस रो ना पटकेगा तेना सख्ती पेगा ते जिन मुंह फेरिया मेरी याद तो ਸੋ ਜ਼ਰੂਰ ਉਹਦੀ ਤੰਗ ਗੁਜ਼ਰਾਨ ਹੈ ਤੇ ਉਠਾਵਾਂਗੇ ਅਸੀਂ ਉਹਨੂੰ ਦਿਨ ਕਿਆਮਤ ਦੇ ਅੰਨਾ ਆਖੇਗਾ ਮੇਰਾ ਰੱਬਾ ਕਿਉਂ ਠਾਇਈ ਮੈਨੂੰ ਅੰਨਾ ਕਿ ਮੈਂ ਤਾਂ ਸੁਜਾਖਾ ਫਰਮਾਇਆ ਇਸੇ ਤਰ੍ਹਾਂ ਪਹੁੰਚੀਆਂ ਸੰ ਤੈਨੂੰ ਨਿਸ਼ਾਨੀਆਂ ਸਾਡੀਆਂ ਫਿਰ ਵਿਸਾਰ ਛੱਡੀ ਹੋਈ ਉਹਨਾਂ ਨੂੰ ਤੇ ਇਸੇ ਤਰ੍ਹਾਂ ਅੱਜ ਤੂੰ ਵਿਸਾਰਿਆ ਜਾਏਗਾ ਤੇ ਇਸੇ ਤਰ੍ਹਾਂ ਜੀ ਸਜ਼ਾ ਦੇਾਂਗੇ ਉਸ ਨੂੰ ਜਿਹੜਾ ਹੱਦੋਂ ਲੰਘ ਗਿਆ ਤੇ ਨਾ ਮੰਨਿਓ ਸੁ ਗੱਲਾਂ ਆਪਣੇ ਰੱਬ ਦੀਆਂ ਕੀ ਅਜ਼ਾਬ ਆਖਰ ਤਾਂ ਜ਼ਰੂਰ ਬਨੇਰਾ ਸਖਤ ਏ ਤੇ ਬਹੁਤ ਚਿਰ ਰਹਿਣ ਵਾਲਾ ਕਿਉਂ ਫਿਰ 라 ਨਹੀਂ ਪਾਇਆ ਉਹਨਾਂ ਨੂੰ ਇਸ ਗੱਲ ਨੇ ਜੋ ਕਿਤਨੀਆਂ ਬਰਬਾਦ ਕਰ ਚੁੱਕੇਆਂ ਅਸੀਂ ਪਹਿਲੇ ਉਹਨਾਂ ਦੇ ਸੰਗਤਾਂ ਇਹ ਤੁਰਦੇ ਫਿਰਦੇ ਨੇ ਉਹਨਾਂ ਦੇ ਵਸਣ ਦੇ ਥਾਵਾਂ ਵਿੱਚ ਜ਼ਰੂਰ ਇਸ ਵਿੱਚ ਪਤੇ ਨੇ ਅਕਲਾਂ ਵਾਲਿਆਂ ਲਈ ਤੇ ਜੇ ਕਦੇ ਨਾ ਹੁੰਦੀ ਇੱਕ ਗੱਲ ਜੋ ਪਹਿਲੇ ਚਾਹ ਹੋ ਗਈ ਏ ਤੇਰੇ ਰੱਬ ਦੀ ਤਰਫੋਂ ਤੇ ਨਾ ਹੁੰਦੀ ਇੱਕ ਮੁੱਦਤ ਠਹਿرائی ਹੋਈ ਤਾਂ ਹੁੰਦਾ ਅਜ਼ਾਬ ਚੰਬੜਿਆ ਹੋਇਆ ਇਹ ਹਬੀਬ ਸੰਦਾ ਰਹਿ ਜੋ ਆਖਦੇ ਨੇ ਤੇ ਪਾਕੀ ਬੋਲ ਨਾਰ ਲਾ ਕੇ ਸੋਭਾ ਆਪਣੇ ਰੱਬ ਦੀ ਪਹਿਲੇ ਚੜਨੇ ਸੂਰਜ ਦੇ ਤੇ ਪਹਿਲੇ ਉਸ ਦੇ ਡੁੱਬਣੇ ਦੇ ਤੇ ਕੁਝ ਘੜੀਆਂ ਰਾਤ ਦੀਆਂ ਤੇ ਤਰਫਾਂ ਦਿਨ ਦੀਆਂ ਵਿੱਚ ਵੀ ਪਾਕੀ ਬੋਲ ਸ਼ਾਇਦ ਤੂੰ ਰਾਜ਼ੀ ਹੋ ਜਾਏਗਾ ਤੇ ਨਾ ਜਮਾ ਅੱਖੀਆਂ ਆਪਣੀ ਉਸ ਚੀਜ਼ ਵੱਲ ਜੋ ਵਰਤਨ ਨੂੰ ਦਿੱਤੀ ਅਸਾਂ ਬਾਦ ਦੇ ਲੋਕਾਂ ਨੂੰ ਉਹਨਾਂ ਵਿੱਚੋਂ ਸੋਪਣ ਦੁਨੀਆ ਦੇ ਜੀਵਨੇ ਦਾ ਤਾਂ ਅਸੀਂ ਅਜ਼ਮਾਈਏ ਉਹਨਾਂ ਨੂੰ ਉਸ ਵਿੱਚ ਤੇ ਤੇਰੇ ਰੱਬ ਦੀ ਦਿੱਤੀ ਰੋਜ਼ੀ ਚੰਗੀ ਏ ਤੇ ਜਿਹੜੀ ਤੀਕ ਰਹਿਣ ਵਾਲੀ ਹੈ ਤੇ ਹੁਕਮ ਕਰ ਕਰਦੇ ਆ ਆਪਣੇ ਨੂੰ ਨਮਾਜ਼ ਦਾ ਤੇ ਸਾਬਤ ਰਹਿ ਉਸ ਉੱਤੇ ਅਸੀਂ ਨਹੀਂ ਸਵਾਲ ਕਰ ਦਿੱਤੇ ਤੋ ਰੋਜੀ ਦਾ ਸਗੋਂ ਅਸੀਂ ਰੋਜੀ ਦਿੰਦੇ ਆ ਤੈਨੂੰ ਤੇ ਅੰਤ ਪਰ ਆਏ ਬਚ ਕੇ ਤੁਰਨ ਦਾ ਤੇ ਆਖਿਓ ਨੇ ਕਿਉਂ ਨਹੀਂ ਲਿਉਂਦਾ ਸਕੋਲ ਕੋਈ ਨਿਸ਼ਾਨੀ ਆਪਣੇ ਰੱਬ ਤੋਂ ਪਲਾਤ ਨਹੀਂ ਪਹੁੰਚੀ ਉਹਨਾਂ ਨੂੰ ਸਾਫ਼ ਬਿਆਨ ਤਾਲੀਮਾਂ ਪਹਿਲੀਆਂ ਕਿਤਾਬਾਂ ਵਿੱਚ ਦਾ ਤੇ ਜੇ ਕਦੇ ਅਸੀਂ ਬਰਬਾਦ ਕਰ ਦਿੰਦੇ ਉਹਨਾਂ ਨੂੰ ਅਜ਼ਾਬ ਨਾਲ ਪਹਿਲੇ ਇਸ ਦੇ ताँ रबा क्यों ना ये कोई पैगंबर ता अ तेरिया गलों उ जो बे इजत हो भी असि तुआर हो भी आर कोई उड़ीकता है तुम भी उड़ीको फिर जान लो गे कौन ने सीधे राे कौन हदायत पे आए?